ਲਓ ਜੀ ਆਹ ਖੋਲਤੀ ਤਵੀ ਤੇ ਹੁਣ ਆਪਾਂ ਤੁਰਦੇ ਹਾਂ। ਡਰਾਈਵਰ ਉਹ ਖੜਾ ਉਹਨੇ ਆਪਾਂ ਨੂੰ ਲੈ ਬਾਕੀ ਮੈਨੂੰ ਐਂ ਲੱਗਿਆ ਵੀ ਲਾਈਟ ਆਈ ਹੋਈ ਆ ਪਰ ਨਾ ਝੋਟ ਚੱਲਦਾ ਕਹਿੰਦੇ ਜਨਰੇਟਰ। ਉਹ ਖੜਾ ਤੀ ਗੱਡੀ ਚੱਲ ਪਈ ਉਹ ਵੀ ਓਕੇ ਰਿਪੋਰਟਾਂ ਇੱਕ ਮਿੰਟ ਮਾੜਾ ਹੀ ਰੁਕੀ ਕਿੰਨੀਆਂ ਕਰਨੀਆਂ ਹੁਣ 8-12 ਸਾਬਣ ਮਲਦਾ ਏ ਝਾਡੋ ਝਾਡੋ ਹੋ ਗਿਆ ਕਿ ਨਹੀਂ ਕੰਮ ਇੰਜਣ ਸਵਾਗਤ ਹੈ ਜੀ ਸਭ ਦਾ ਆਪਣੇ ਇੱਕ ਹੋਰ ਨਵੇਂ ਵਲੋਗ ਦੇ ਵਿੱਚ ਅਤੇ ਅੱਜ ਮੇਰੇ ਵੀਰੋ ਆਪਣੇ ਦੋਨੋਂ ਕੱਦੂ ਚੱਲ ਰਹੇ ਆ ਉਹ ਜਿੱਦਣ ਉੱਦਣ ਦਾ ਹੀ ਚੱਲ ਆ ਅੱਗੇ ਬੱਦਲ ਬਾਈ ਜੀ ਤਾਂ ਹੋਈ ਆ ਪਰ ਕਿੱਥੇ ਮੀਂਹ ਕਿੱਥੇ ਆਉਂਦਾ ਤੰਗ ਹੀ ਹੋਏ ਪਏ ਹਾਂ ਅਤੇ ਕੱਦੂ ਕਰਕੇ ਕੱਲ੍ਹ ਨਾ ਆਪਣੀ ਟੁੱਟ ਗਈ ਸੀ ਉੱਥੇ ਤਵੀ ਡਿਊ ਦੀ ਡਰਾਈਵਰ ਉਹ ਦੇਖੋ ਆ ਗਿਆ ਹੱਥ ਜਿਹਾ ਮਾਰਦਾ ਡਿਊ ਦੀ ਆਪਣੀ ਤਵੀ ਟੁੱਟ ਗਈ ਸੀਗੀ ਉਹ ਹੁਣ ਖੜ੍ਹਾ ਆਪਣੇ ਮਿਸਤਰੀਆਂ ਦੇ ਬਲਜੀਤ ਕੇ ਅਤੇ ਉੱਥੋਂ ਆਪਾਂ ਚੱਕਣਾ ਉਹ ਅਤੇ ਤਵੀ ਦਾ ਤਾਂ ਹੋਇਆ ਨਹੀਂ ਕੰਮ ਕਿਉਂਕਿ ਕੱਲ੍ਹ ਭੋਰੇ ਭਰੇ ਵਾਲਾ ਬੀਜੀ ਰਹੇ ਅਤੇ ਆਪਾਂ ਦੂਜੀ ਤਵੀ ਵੀ ਲਾ ਦੇਣੀ ਆ ਫਿਰ ਬਾਅਦ ਸ਼ਾਮ ਨੂੰ ਕਰਾ ਦਾਂਗੇ ਬਾਕੀ ਚਲੋ ਫਿਰ ਹੁਣ ਆਪਾਂ ਚੱਲਦੇ ਹਾਂ ਮਿਸਤਰੀ ਜੀ ਕੇ ਚੱਲ ਕੇ ਫਿਰ ਦੂਜੀ ਤਵੀ ਲਹਾ ਕੇ ਟਰੈਕਟਰ ਆਪਾਂ ਛੱਡ ਕੇ ਆਉਂਦੇ ਹਾਂ ਦੋਲੋ ਡਰਾਈਵਰ ਭੱਜ ਗਿਆ ਕਹਿੰਦੇ ਲਓ ਜੀ ਪਹੁੰਚ ਗਏ ਬਾਕੀ ਰੂਟਾ ਫਿਟਰ ਚੈੱਕ ਕਰੋ ਕਹਿੰਦੇ ਮਿੱਟੀ ਦੀ ਇੱਕ ਪਰਤ ਜੰਮੀ ਪਈ ਆ ਉੱਤੇ ਅਤੇ ਇੱਧਰਲੇ ਪਾਸੇ ਵਾਲੀ ਟੁੱਟ ਗਈ ਸੀ ਤਵੀ ਦੇਖੋ ਇੱਧਰ ਹੈ ਨਹੀਂ ਹੁਣ ਆਪਾਂ ਪਰਲੀ ਵੀ ਲਹਾ ਦੇਣੀ ਆ ਉਹ ਵਾਲੀ ਤਵੀ ਵੀ ਅਤੇ ਫਿਰ ਬਰਾਬਰ ਹੋ ਜੂਗਾ ਅਤੇ ਕੱਦੂ ਆਪਣਾ ਹੋ ਜੂਗਾ ਅੱਜ ਬਾਕੀ ਭਰਿਆ ਪਿਆ ਮਿੱਟੀ ਨਾਲ ਕੋਈ ਨਹੀਂ ਹੁਣ ਨਿਬੜ ਜੇ ਕੱਦੂ ਉੱਧਰ ਵੀ ਦੇਖੋ ਲੈ ਪਰਤ ਜੰਮੀ ਪਈ ਆ ਉਹ ਖੇਤ ਦੀ ਮਿੱਟੀ ਥੋੜ੍ਹੀ ਜਿਹੀ ਲਾਲ ਆ ਜਿਹੜੇ ਖੇਤ 'ਚ ਆਪਾਂ ਕਰਦੇ ਹਾਂ ਕੱਦੂ ਲਾ ਦੇ ਮਿੰਟ ਮਾਰ ਭਰੇ ਪਿਆ ਮਸਾਂ ਦਾ ਕਿਆਰਾ ਭਰਿਆ ਮਾੜੀ ਮਿੱਟੀ ਜੰਮੀ ਪਈ ਆ ਇਹਦੇ ਵੀ ਦੇਖੋ ਟਾਇਰ ਟੂਰ ਕੋਈ ਨਹੀਂ ਹੁਣ ਕੱਦੂ ਦਾ ਨਮੇੜ ਕੇ ਫਿਰ ਧਵਾਉਂਦੇ ਹਾਂ ਸਾਰਾ ਕੁਛ ਦਿਖਾਉਂਦੇ ਹਾਂ ਸਾਨੂੰ ਲਓ ਜੀ ਆਹ ਖੋਲਤੀ ਤਵੀ ਅਤੇ ਹੁਣ ਆਪਾਂ ਤੁਰਦੇ ਹਾਂ ਡਰਾਈਵਰ ਉਹ ਖੜਾ ਉਹਨੇ ਆਪਾਂ ਨੂੰ ਲੈ ਆਉਣਾ ਉੱਥੋਂ ਆਪਾਂ ਟਰੈਕਟਰ ਖੜਾ ਕੇ ਮੁੜਦਾ ਕਿਉਂਕਿ ਬੰਦੇ ਦਾ ਉੱਥੇ ਹੈਗੇ ਆ ਕੱਦੂ ਕਰਨ ਵਾਲੇ ਬਾਕੀ ਚਲੋ ਫਿਰ ਹੁਣ ਚੱਲੀਏ ਤਵੀ ਦਾ ਕੰਮ ਆਪਾਂ ਬਾਅਦ 'ਚੋਂ ਕਰਾਉਂਦੇ ਹਾਂ ਟਰੈਕਟਰ ਖੜਾ ਆਈਏ ਪਹਿਲਾਂ ਫਿਰ ਆਪਾਂ ਬੈਰਿੰਗ ਲਿਆਉਣਾ ਨਵਾਂ ਅਤੇ ਹੋਰ ਜਿਹੜਾ ਕੋਈ ਕਹਿੰਦੇ ਮੱਝ ਲਿਫਾ ਚਲੋ ਫਿਰ ਹੁਣ ਤੁਰੀਏ ਅਤੇ ਫਿਰ ਮਿਲਦੇ ਹਾਂ ਤੁਹਾਨੂੰ ਉੱਥੇ ਮੋਟਰ 'ਤੇ ਪਹੁੰਚ ਕੇ ਲੋਕਾਂ ਨੂੰ ਲਈ ਰਿਹਾ ਟਰੈਕਟਰ ਦੇਖੋ ਲਓ ਜੀ ਟਰੈਕਟਰ ਲੈ ਕੇ ਆਪਾਂ ਪਹੁੰਚ ਗਏ ਉਹਨੇ ਮੋਟਰ 'ਤੇ ਅੱਗੇ ਉੱਧਰ ਦਾ ਕੱਦੂ ਹੋ ਗਿਆ ਜੀ ਉੱਥੇ ਅਤੇ ਆਹ ਉਰਲਾ ਰਹਿੰਦਾ ਉਹ ਪਰੇ ਕਰਨਾ ਕੱਦੂ ਉੱਧਰ ਟਰੈਕਟਰ ਲੈ ਕੇ ਆਪਾਂ ਪਹੁੰਚ ਗਏ ਇਹ ਖੜਾ ਕੇ ਜਾਣਾ ਉਹਨੇ ਕੱਲ੍ਹ ਆਪਾਂ ਇੱਥੇ ਉਹ ਕਰਕੇ ਗਏ ਜੀ ਤਵੀਆਂ ਮਾਰ ਕੇ ਅਤੇ ਲੇਜਰ ਵਾਲਾ ਕਰ ਗਿਆ ਪੂਰਾ ਐਨ ਵਧੀਆ ਟੋਆ ਹਾਂ
ਉਹਦਾ ਦੇਖੋ ਪੂਰਾ ਇਹਨੂੰ ਓਕੇ ਰਿਪੋਰਟਾਂ ਹੱਲ ਇੱਥੇ ਆਪਾਂ ਲੇਜ਼ਰ ਮਾਰ ਕੇ ਗਏ ਸੀਗੇ ਆਹ ਚੈੱਕ ਕਰੋ ਕਹਿੰਦੇ ਇੱਥੇ ਉਨਾਲੇ 'ਚ ਪਤਾ ਨਹੀਂ ਹੋਣਾ ਕਦੋਂ ਕੁ ਹੋ ਗਿਆ ਜਾਂ ਪਾਣੀ ਵੀ ਘੱਟ ਆ ਪਾਣੀ ਹੁਣ ਸ਼ਾਇਦ ਲਾਈਟ ਤਾਂ ਆਈ ਹੋਈ ਆ ਮੇਰੇ ਹਿਸਾਬ ਨਾਲ ਹੈਗੀ ਆ ਪਾਣੀ ਦੇਖੋ ਕਿੰਨਾ ਥੋੜ੍ਹਾ ਨਿਕਲਦਾ ਪਰ ਚਲੋ ਕੀ ਕਰ ਸਕਦੇ ਹਾਂ ਉੱਥੇ ਮੋਟਰ 'ਤੇ ਖੜਾਉਂਦੇ ਹਾਂ ਟਰੈਕਟਰ ਫਿਰ ਮਿਲਦੇ ਹਾਂ ਤੁਹਾਨੂੰ ਬਾਈ ਜੀ ਮੈਨੂੰ ਐਂ ਲੱਗਿਆ ਵੀ ਲਾਈਟ ਆਈ ਹੋਈ ਆ ਪਰ ਨਾ ਝੋਟ ਚੱਲਦਾ ਕਹਿੰਦੇ ਜਨਰੇਟਰ ਦੋਨੇ ਮੋਟਰਾਂ ਚਲਾਈਆਂ ਹੋਈਆਂ ਨੇ ਆਹਦਾ ਪਤੰਦਰ ਓਵਰਫਲੋ ਵੱਧਦਾ ਔਰ ਜਾਂਦਾ ਖੇਤ ਪੀਆ ਪਾਣੀ ਇਹ ਪਤਾ ਨਹੀਂ ਇਹ ਜਾਮ ਆ ਮੋਟਰ ਕੀ ਚੱਕਰ ਆ ਚਲੋ ਕੋਈ ਨਹੀਂ ਆ ਥੱਲੇ ਇੱਟ ਰੱਖ ਦੀ ਜੀ ਵੀ ਪਾਣੀ ਸਾਰਾ ਮੋਟਰ 'ਚ ਆਹੋ ਇਹ ਓਲ ਬਹੁਤ ਵਧੀਆ ਨਹਾਉਣਾ ਆਹ ਓਲ ਬਾਹਲਾ ਵਧੀਆ ਆਹ ਵੀ ਠੀਕ ਆ ਬਾਕੀ ਚੱਲਦਾ ਪਾਣੀ ਓਕੇ ਐਨ ਅਤੇ ਟਰੈਕਟਰ ਆਪਾਂ ਖੜਾਉਣਾ ਹੀ ਜੀ ਹੁਣ ਆਪਾਂ ਜਾਣਾ ਘਰ ਨੂੰ ਅਤੇ ਬਾਅਦ 'ਚੋਂ ਦੇਖ ਲੈਂਦੇ ਫਿਰ ਬੁਰਾ ਹਾਲ ਹੋਇਆ ਪਿਆ ਜਨਰੇਟਰ ਨੇ ਗੇੜੇ ਬੰਨੇ ਪਏ ਇਹਦੇ ਕਰਕੇ ਹੀ ਚੱਲੀ ਜਾਂਦਾ ਕੰਮ ਅਤੇ ਲਾਈਟ ਤਾਂ ਛੱਡਦੇ ਨਹੀਂ ਨਾ ਮੀਂਹ ਆਉਂਦਾ ਚਲੋ ਕੋਈ ਨਹੀਂ ਰੂਟਾਵੇਟਰ ਦਾ ਵੀ ਇੱਕ ਹਾਲ ਚੈੱਕ ਕਰੋ ਇਹਨੇ ਸਿਰਾ ਹੀ ਕਰਾਇਆ ਪਿਆ ਮਿੱਟੀ ਦੇ ਫਿਰ ਮਾਣ ਮਾਣ ਚੜ੍ਹੀ ਪਈ ਆ ਬਾਕੀ ਇਹਦੇ 'ਚ ਕਰਨਾ ਕਹਿੰਦੇ ਕੱਦੂ ਅਤੇ ਪਾਣੀ ਚੱਲਦਾ ਦੇਖੋ ਆਲੇ ਦੁਆਲੇ ਚੌਲ ਸੁੱਕੇ ਹੀ ਪਏ ਨੇ ਬਾਹਰ ਲਾਈਟ ਤਾਂ ਆਉਂਦੀ ਨਹੀਂ ਨਾ ਮੀਂਹ ਪੈਂਦਾ ਕਿਉਂ ਡਰਾਈਵਰ ਕਿਸੇ ਕਿਸੇ 'ਤੇ ਯਾਰ ਦੇਖੋ ਜਿੰਨਾ ਜਨਰੇਟਰ ਚੱਲਦਾ ਉਹਨਾਂ ਦੇ ਯਾਰ ਇੰਕਰੀਜ਼ ਨਹੀਂ ਮੈਂ ਹੈਗਾ ਪਾਣੀ ਹੁਣ ਤਾਂ ਚੱਲ ਕੇ ਦਿਖਾਉਂਦੇ ਤੁਹਾਨੂੰ ਔਖਾ ਬਾਈ ਕੰਮ ਆਹ ਦੇਖੋ ਆਹ ਵੀ ਕੰਮ ਸੁੱਕੇ ਆ ਪਿਆ ਆਹ ਤਾਂ ਜਮਾਂ ਹੀ ਸੁੱਕੇ ਪਏ ਆ ਇੱਧਰ ਵੀ ਜਮਾਂ ਹੀ ਸੁੱਕੇ ਪਏ ਆ ਕੀ ਕਰਨ ਬੰਦੇ ਵੀ ਹੁਣ ਆਹ ਮੀਂਹ ਆਉਂਦਾ ਨਾ ਲੈਟ ਆਉਂਦੀ ਆ ਹੁਣ ਆਹ ਦੇਖੋ ਜਮਾਂ ਹੀ ਸੁੱਕੇ ਪਏ ਨੇ ਇੱਧਰ ਵੀ ਥੋੜ੍ਹਾ ਜਿਹਾ ਹੀ ਆ ਪਾਣੀ ਬਹੁਤ ਵੀ ਘੱਟ ਆ ਚਲੋ ਬੱਦਲ ਜਿਹਾ ਬਣ ਜਾਂਦਾ ਪਰ ਫੇਰ ਨਾ ਅੱਜ ਤਾਂ ਹੈ ਨਹੀਂ ਉਹਦੇ ਪਰਸੋਂ ਚੌਥੇ ਨਾਲ ਬਾਹਲਾ ਇਕੱਠਾ ਹੋ ਗਿਆ ਸੀ ਬੱਦਲ ਪਰ ਹਵਾ ਲੈ ਜਾਂਦੀ ਹੈ ਰੋੜ ਕੇ ਮੀਂਹ ਪਿਆ ਹੀ ਨਹੀਂਗਾ ਲਓ ਜੀ ਟਰੈਕਟਰ ਖੜਾ ਗਿਆ ਪਾ ਗਏ ਸੀ ਪਿੰਡ ਵਾਪਸ ਅਤੇ ਇੱਧਰ ਮਿਸਤਰੀਆਂ ਦਾ ਸਮਾਨ ਜਿਹਾ ਚੁਕਾਉਣ ਲੱਗ ਗਏ ਸੀ ਚੁਗਾਠਾਂ ਹੀ ਆ ਟਰਾਲੀ ਪਾ ਕੇ ਛੋਟੀ ਉਹ ਦੇਖੋ ਅਤੇ ਉਹ ਕਹਿੰਦੇ ਚਾਰ ਪੰਜ ਹੈਗੀਆਂ ਨੇ ਆਪਾਂ ਚੁਕਾ ਤੀਆਂ ਅਤੇ ਉਹਦੇ ਲਾ ਲੈਣਗੇ ਬਾਕੀ ਉਹ ਦੇਖੋ ਦੋਹੇ ਜਣੀਆਂ ਕਿਵੇਂ ਬੈਠੀਆਂ ਮਾਂ ਧੀ ਵੀ ਹੋ ਗਿਆ ਇਹ ਵੈਸੇ ਤਾਂ ਸਟੈਪ ਹੀ ਉਹਦੀ ਨਾਨੀ ਲੱਗਦੀ ਆ ਕਤੂਰੀ ਦੀ ਪਰ ਆਪਾਂ ਤਾਂ ਮਾਂ ਧੀ ਵੀ ਸਮਝਦੇ ਹਾਂ ਦੇਖੋ ਉਹ ਦੇਖੋ ਬੜੀ ਪਿਆਰੀ ਆ ਨਿੱਕੀ ਜਿਹੀ ਮੋੜ ਮੋੜ ਹੋ ਗਈ ਹੁਣ ਤਾਂ ਪੂਰੀ ਦੇਖੋ ਮੇਰੀ ਕੰਜ ਚੱਕ ਲੈਂਦੀ ਆ ਦੋਵੇਂ ਜਣੀਆਂ ਬੈਠੀਆਂ ਨੇ ਬਾਕੀ ਮੇਰੇ ਵੀਰੇ ਹੁਣ ਆਪਾਂ ਜਾਣਾ ਗੱਡੀ ਧੋਣੀ ਖੜਾਉਣ ਹਾਲਤ ਚੈੱਕ ਕਰੋ ਬਾਹਲੀ ਬੁਰੀ ਹੋਈ ਪਈ ਆ ਸ਼ੀਸ਼ੇ 'ਤੇ ਦੇਖੋ ਕਿੰਨੇ ਕਤਲ ਹੋਏ ਪਏ ਨੇ ਮੱਛਰ ਹੀ ਮੱਛਰ ਮਰੇ ਪਏ ਆ ਤੁਹਾਨੂੰ ਪਤਾ ਇਹਦਾ ਸ਼ੀਸ਼ਾ ਹੈਗਾ ਸਿੱਧਾ ਇਹ 'ਚ ਮੱਛਰ ਸਿੱਧੇ ਲੱਗਦੇ ਆ ਤਾਂ ਕਰਕੇ ਆਹ ਹੋਇਆ ਪਿਆ ਬਾਕੀ ਆਹ ਵੀ ਆਪਾਂ ਸੱਚ ਸ਼ੀਸ਼ਾ ਵੀ ਪਵਾਉਣਾ ਹੁਣ ਇੱਧਰ ਬਿਜ਼ੀ ਸੀ ਗੱਡੀ ਵਾਲੀ ਆਪਣੇ ਝੋਨੇ ਝੁੰਨੇ ਕਰਨੀ ਤਾਂ ਕਰਕੇ ਆਪਾਂ ਨੂੰ ਟਾਈਮ ਨਹੀਂ ਲੱਗਿਆ ਕੋਈ ਨਹੀਂ ਇਹ ਵੀ ਪਵਾ ਲੈਂਦੇ ਹਾਂ ਅਤੇ ਹਜੇ ਐਂ ਤਾਂ ਕੁਛ ਹੁੰਦਾ ਨਹੀਂਗਾ ਵੈਸੇ ਅਤੇ ਸ਼ੀਸ਼ਾ ਪਵਾਉਣਾ ਪਰ ਰੀਜਨਲੀ ਆ ਕਿਉਂਕਿ ਦੂਜੇ ਜਿਹੜੇ ਸ਼ੀਸ਼ੇ ਹੁੰਦੇ ਆ ਨਾ ਜਦੋਂ ਮੂਹਰੋਂ ਲਾਈਟ ਪੈਂਦੀ ਆ ਉਹ ਐਂ ਮਤਲਬ ਲਸਕੋਰ ਵਾਲੀ ਪੈਣ ਲੱਗ ਜਾਂਦੀ ਆ ਦੂਜੇ ਜਿਹੜੇ ਡੁਪਲੀਕੇਟ ਸ਼ੀਸ਼ੇ ਹੁੰਦੇ ਆ ਰੀਜਨਲ 'ਚ ਫਿਰ ਤੁਹਾਨੂੰ ਪਤਾ ਹੀ ਆ ਉਹ ਤਾਂ ਹੀ ਹਜੇ ਮੈਂ ਠੀਕ ਉਡੀਕਦਾ ਵੀ ਥੋੜ੍ਹਾ ਜਿਹਾ ਟਾਈਮ ਆਪਾਂ ਹੋਰ ਸਾਰ ਲੈਂਦੇ ਹਾਂ ਫਿਰ ਪਵਾ ਲਵਾਂਗੇ ਸ਼ੀਸ਼ਾ
ਬਾਕੀ ਹੁਣ ਆਪਾਂ ਧੋਣੀ ਖੜਾਉਣ ਚੱਲਦੇ ਹਾਂ, ਮਿਸਤਰੀਆਂ ਦਾ ਲਾ ਦਈਏ ਸਮਾਨ ਜਿਹਾ ਸਾਰਾ, ਫਿਰ ਆਪਾਂ ਖੜਾ ਕੇ ਆਉਂਦੇ ਹਾਂ ਧੋਣੀ ਅਤੇ ਦਿਖਾਉਂਦੇ ਹਾਂ ਬਾਕੀ ਤੁਹਾਨੂੰ ਨਾਲ ਦੀ ਨਾਲ। ਲਓ ਜੀ ਮੇਰੇ ਵੀਰੋ, ਗੱਡੀ ਖੜਾਉਣ ਤੋਂ ਪਹਿਲਾਂ ਧੋਣੀ ਆਪਾਂ ਨੂੰ ਆਹ ਮਿਲ ਗਿਆ, ਕਹਿੰਦੇ ਰੋਟੀ ਫੜਾ ਕੇ ਆ ਮੋਟਰ 'ਤੇ, ਇੱਥੇ ਆਪਣੇ ਘਰ ਦੇ ਮਗਰ ਵਾਲੀ ਮੋਟਰ 'ਤੇ ਫੜਾ ਕੇ ਆਉਣੀ ਆ। ਚੱਲ ਜੇ ਉੱਥੇ ਰੱਖੇ ਹੁੰਦੇ ਹਾਂ ਰੋਟੀ, ਅਤੇ ਫਿਰ ਆਪਾਂ ਸਿੱਧਾ ਗੱਡੀ ਧਵਾਉਣ ਚੱਲਦੇ ਹਾਂ। ਬੰਦਾ ਤਾਂ ਉੱਥੇ ਹੈ ਨਹੀਂ ਕੋਈ, ਉਹ ਆਉਣਗੇ ਉਦੋਂ ਆ ਕੇ ਖਾ ਲੈਣਗੇ। ਆਪਾਂ ਉੱਥੇ ਟੰਗੇ ਆਉਂਦੇ ਹਾਂ ਰੋਟੀ, ਅਤੇ ਆ ਕੇ ਉਹ ਖਾ ਲੈਣੇ। ਬਾਕੀ ਓਕੇ ਆਏ ਰਿਪੋਰਟਾਂ। ਹਾਰਨ ਇੱਕ ਚੱਲਣ ਲੱਗ ਗਿਆ, ਇੱਕ ਨੂੰ ਪਤਾ ਨਹੀਂ ਕੀ ਹੋ ਗਿਆ, ਜਾਂ ਤਾਂ ਉਹਦੀ ਤਾਰ ਤੂਰ ਟੁੱਟ ਗਈ, ਕੁਛ ਤਾਂ ਹੋਇਆ। ਇੱਕ ਚੱਲਦਾ ਹੁਣ, ਇਹ ਵੀ ਦਿਖਾ ਲਾਂਗੇ ਆਪਾਂ ਵਿੱਚ ਹੀ। ਪਹਿਲਾਂ ਗੱਡੀ ਧਵਾ ਲਈਏ, ਫਿਰ ਕਰਾਉਂਦੇ ਹਾਂ ਇਹ ਕੰਮ। ਦੇਖੋ ਜੀ ਇੱਧਰ ਦਾ ਕੱਦੂ ਹੋ ਗਿਆ, ਇਹ ਉਹੀ ਆ ਜੀ ਆਪਾਂ ਲੇਜ਼ਰ ਕਰਾ ਮਾਰਿਆ ਸੀ ਉਦੋਂ, ਅਤੇ ਜਿਹੜਾ ਆਪਾਂ ਵਾਹਿਆ ਸੀਗਾ ਉਹੀ ਆ। ਉਹ ਪਰਲਾ ਉਹ 'ਚ ਪਾਣੀ ਘੱਟ ਆ, ਆਹ ਤਾਂ ਤਿਆਰ ਆ ਮੇਰੇ ਹਿਸਾਬ ਨਾਲ ਖੇਤ। ਹੋ ਦੇਖੋ ਕੱਦੂ ਤਾਂ ਉਹ 'ਚ ਵੀ ਹੋਇਆ ਹੋਇਆ ਵਾ, ਪਾਣੀ ਘੱਟ ਆ, ਲੈਟ ਦਾ ਤੁਹਾਨੂੰ ਪਤਾ ਥੋੜ੍ਹਾ ਚੱਕਰ ਵੱਧ ਪਿਆ ਹੋਇਆ। ਚਲੋ ਕੋਈ ਨਹੀਂ, ਹੁਣ ਕੀ ਕਰ ਸਕਦੇ ਹਾਂ, ਜਦੋਂ ਆਓਗੀ ਉਦੋਂ ਹੀ ਆਉਣੀ ਆ। ਬਾਕੀ ਮੀਂਹ ਮੂੰਹ ਤਾਂ ਭੁੱਲ ਗਿਆ, ਰਾਹ ਭੁੱਲ ਗਿਆ ਰੱਬ ਆਪਣੇ ਵੱਲ ਮੀਂਹ ਦਾ ਤਾਂ। ਚਲੋ ਕੋਈ ਚੱਕਰ ਨਹੀਂ, ਸਾਰਨਾ ਤਾਂ ਪੈਂਦਾ ਹੀ ਆ, ਡੱਟਾਂ ਨੂੰ ਤਾਂ ਸਾਰਨਾ ਹੀ ਪੈਂਦਾ ਤੁਹਾਨੂੰ ਪਤਾ ਹੀ ਆ। ਬਾਕੀ ਚਲੋ ਫਿਰ ਮੋਟਰ ਉਰੇ ਆਪਾਂ ਇੱਥੇ ਟੰਗ ਜਾਂਦੇ ਹਾਂ ਰੋਟੀ, ਅਤੇ ਜਾਣੂ ਫਿਰ ਗੱਡੀ ਧਵਾਉਣੀ ਖੜਾ ਕੇ ਆਉਂਦੇ ਹਾਂ। ਹੁਣ ਆਹ ਵਧੀਆ, ਆਹ ਦੇਖੋ ਇਹਨਾਂ 'ਚ ਪਾਣੀ ਭਰ ਰਿਹਾ ਹੋਇਆ ਟਾਈਮ ਨਾ, ਅਤੇ ਇਹ ਮਸ਼ੀਨ ਵਾਲੇ ਚੌਲ ਆਪਣੇ ਵਧੀਆ ਹੋ ਗਏ ਉਦੋਂ। ਬਾਕੀ ਕਾਈ ਇਹ 'ਚ ਵੀ ਹੁਣ ਤਾਂ ਆਪਣੇ ਬੰਦੇ ਤਾਂ ਆਪਾਂ ਤੋਰਤੇ, ਜਿਨ੍ਹਾਂ ਤੋਂ ਬਜਾਉਂਦੇ ਹਾਂ, ਹੁਣ ਤਾਂ ਮਸ਼ੀਨ ਵਾਲੀ ਬੀਜਦੇ ਹਾਂ ਆਪਾਂ ਚੌਲ। ਅਤੇ ਚਲੋ ਫਿਰ ਉਹ ਟੰਗ ਜਾਂਦੇ ਹਾਂ ਰੋਟੀ, ਅਤੇ ਚੱਲਦੇ ਹਾਂ ਫਿਰ ਗੱਡੀ ਧਵਾਉਣ, ਅਤੇ ਤੁਹਾਨੂੰ ਮਿਲਦੇ ਹਾਂ ਉੱਥੇ ਚੱਲ ਕੇ। ਲਓ ਜੀ ਉਹ ਖੜਾ ਤੀ ਗੱਡੀ, ਚੱਲ ਪਏ ਉਹ ਵੀ। ਓਕੇ ਰਿਪੋਰਟਾਂ, ਇੱਕ ਮਿੰਟ ਮਾੜਾ ਰੁਕੀ, ਬੱਚੀ ਨੂੰ ਮਿਲਦੀ ਆ, ਉਹਦਾ ਹਾਰਨ ਇੱਕ ਖੜ ਗਿਆ, ਇਹਨੂੰ ਆਪਾਂ ਕਹਿ ਦਿੰਦੇ ਹਾਂ, ਹੈ ਨਹੀਂ ਮੈਨੂੰ ਲੱਗਦਾ, ਫੋਨ ਲਾ ਕੇ ਕਹਿ ਦਿੰਦੇ ਹਾਂ, ਚੱਲ ਚੱਲੀਏ, ਫੋਨ ਲਾ ਕੇ ਹੀ ਕਹਿ ਦਾਂਗੇ। ਹਾਂਜੀ ਮੇਰੇ ਵੀਰੇ, ਉਹ ਬਾਕੀ ਆਪਣੀ ਗੱਡੀ ਤਾਂ ਧੋਤੀ ਗਈ ਹੋਣੀ ਆ ਮੇਰੇ ਹਿਸਾਬ ਨਾਲ, ਰੇਡ ਦੀ ਖੜਾਈ ਹੋਈ ਸੀਗੀ, ਅਤੇ ਹੁਣ ਪਹਿਲਾਂ ਆਪਾਂ ਲੈ ਕੇ ਜਾਣਾ ਟਰੈਕਟਰ ਧਵਾਉਣ, ਫਿਰ ਮੁੜਦੇ ਹੋਏ ਗੱਡੀ ਵੀ ਚੱਕ ਲਾਂਗੇ ਰਾਹ 'ਚ ਆਉਂਦੇ ਆਉਂਦੇ। ਅਤੇ ਜੌਨ ਡੀਅਰ ਹੁਣ ਬਹੁਤ ਦਿਨ ਹੋ ਗਏ ਧਵਾਉਣਾ ਧਵਾਉਣਾ ਕਹਿੰਦੇ, ਅੱਜ ਧਵਾਈ ਦੇਣਾ। ਆਹ ਖੜਾ ਕਹਿੰਦੇ ਗ੍ਰੀਨ ਔਰਸ, ਹਾਲ ਚੈੱਕ ਕਰੋ ਇਹਦਾ, ਬੁਰਾ ਹਾਲ ਹੀ ਹੋਇਆ ਪਿਆ, ਮਗਰ ਹੁਣ ਲਿੰਕਾਂ ਲੂੰਕਾਂ ਦਾ ਵੀ ਰੰਗ ਬਦਲਿਆ ਪਿਆ ਕਹਿੰਦੇ ਡਰਾਈਵਰ ਦਾ। ਇਹ ਜਦੋਂ ਆਪਾਂ ਪੈਪਾਂ ਕੱਢੀਆਂ ਉਹ ਤੋਂ ਤੇਲ ਤੂਲ ਮਾੜਾ ਮਾਰਿਆ ਹੋਣਾ, ਅਤੇ ਅੱਜ ਜਮਾਂ ਹੀ ਚਮਕਾ ਦੇਣਾ, ਦੇਖਦੇ ਆ ਗਾ ਟਾਇਰਾਂ ਟੂਰਾਂ ਤੋਂ ਸਾਰੇ ਐਨ ਸਿਰਾ ਕਰਾ ਦੇਣਾ। ਇੰਜਣ ਚੈੱਕ ਕਰੋ, ਇੰਜਣ ਤਾਂ ਆਪਾਂ ਛੋ ਛੂ ਖਿਲਾ ਕੇ ਅੰਦਰੋਂ ਵੀ ਮਾਰਨ ਵਾਲਾ, ਮੂੰਹੋਂ ਦੇਖੋ ਬੁਰਾ ਹਾਲ ਹੋਇਆ ਪਿਆ ਕਹਿੰਦੇ, ਅੱਜ ਪੂਰਾ ਐਨ ਸਿਰਾ ਕਰਾ ਲਿਆਉਣਾ, ਬਹੁਤ ਦਿਨ ਹੋ ਗਏ ਹੁਣ ਤਾਂ। ਚਲੋ ਫਿਰ ਤੁਰੀਏ, ਅਤੇ ਡਰਾਈਵਰ ਨਾਲ ਚੱਲੂ, ਉਹਨੂੰ ਲੈ ਕੇ ਚੱਲਦੇ ਹਾਂ। ਹੋ ਜੀ ਮੈਂ ਅਤੇ ਡਰਾਈਵਰ ਹਾਈਟੈਕ ਕੋਲ ਪਹੁੰਚ ਗਏ ਸੀ, ਪੇਟੀ ਦਾ ਹੁਣ ਸਾਈਜ਼ ਜਿਹਾ ਦੇ ਰਹੇ ਹਾਂ, ਹੁਣ ਕੀ ਕੋਈ ਵੱਡਾ ਕਰਨ ਵਾਲੇ ਹੋ, ਕਿੰਨੀਆਂ ਲਾਈਏ ਕਮੈਂਟਾਂ ਦੱਸੋ। ਦੇਖੋ ਕਹਿੰਦੇ ਸਾਈਜ਼ ਲੈਣ ਆ ਗਿਆ, ਕਿੰਨੀਆਂ ਕਰਨੀਆਂ ਹੁਣ, 8x12 ਇਹ ਗੱਲ ਸਹੀ ਆ, ਤੁਸੀਂ ਹੋਰ ਨਾ ਕੁਛ ਸਮਝਿਓ, ਜੂਹ ਦੀ ਗੱਲ ਕਰਦਾ। ਬਾਕੀ ਪੇਟੀ ਦਾ ਰੰਗ ਦੇਖੋ ਕੀ ਹੋਇਆ ਪਿਆ, ਅੱਜ ਧਵਾ ਲਿਆਉਣੇ ਆ, ਅਤੇ ਹੁਣ ਨਾਪ ਨੂਪ ਦੇ ਦਈਏ, ਗਾਂਹ ਤੁਹਾਨੂੰ ਪਤਾ ਲੱਗੂ ਵੀ ਕੀ ਕਰਨਾ। ਲਓ ਜੀ ਮੇਰੇ ਵੀਰੋ, ਟਰੈਕਟਰ ਲੈ ਕੇ ਆਪਾਂ ਪਹੁੰਚ ਚੁੱਕੇ ਹਾਂ, ਅਤੇ ਡਰਾਈਵਰ ਖੋਲ ਲਿਆ ਪਲੇਅਰ, ਦੇਖੋ ਕਹਿੰਦੇ ਪੈਨਾਸੋਨਿਕ ਦਾ ਕਾਫੀ ਹੈਵੀ ਪਲੇਅਰ ਆ ਨਾ ਇਹ, ਅਤੇ ਹੁਣ ਅੱਜ ਕੀ ਫਿਰ ਹਾਈਟੈਕ ਨੂੰ ਨਾਪ ਨੂਪ ਦਈ ਜਾਂਦੇ ਜੀ, ਨਹੀਂ ਹਟਦੇ ਹੈ। ਆਹੋ ਇੱਕ ਟੁੱਟ ਗਿਆ, ਹਾਂ ਪਤਾ ਨਹੀਂ ਕਿਵੇਂ ਫਸ ਗਿਆ, ਇਹ ਤਾਂ ਨਿਕਲ ਜੂ ਕਿਸੇ ਤਿੱਖੀ ਚੀਜ਼ ਨਾਲ। ਬਾਕੀ ਹੁਣ ਕਰਦੇ ਹਾਂ ਧੋਣਾ ਸਟਾਰਟ, ਅਤੇ ਉਹ ਮੈਂ ਬਾਈ ਕਹਿੰਦਾ ਮੈਟ ਮੂਟ ਮੈਂ ਕਿਹਾ ਖੋਲ੍ਹ ਕੇ ਕਰੀ, ਅਤੇ ਉਹ ਖੋਲ੍ਹ ਕੇ ਧੋਵਾਂਗੇ ਹੁਣ,
ਤੇ ਪੂਰਾ ਐਨ ਵਧੀਆ ਧੋਤਾ ਜਾਊਗਾ ਨਾ, ਐਨ ਡੀਜ਼ਲ ਡੂਜ਼ਲ ਮਾਰ ਕੇ ਪੂਰਾ ਵਧੀਆ ਧੋਣਾ ਆਪਾਂ। ਲਓ ਜੀ ਉੱਧਰ ਪਾਣੀ ਦਾ ਕੰਮ ਕਹਿੰਦੇ ਚੱਲ ਪਿਆ, ਮਿੱਟੀ ਮਿੱਟੀ ਮੋਟੀ ਮੋਟੀ ਤਾਂ ਲਾਏਗੀ। ਉਹ ਦੇਖ ਕਿੰਨੀ ਤੇਜ਼ ਆਈ ਗੱਡੀ ਹਾਲੇ, ਹੈ ਨਾ। ਘਰੇ ਆਪਾਂ ਇਹ ਜੁਗਾੜ ਜਿਹਾ ਲਵਾ ਲਈ ਹੈ ਨਾ, ਜਿਹੜਾ ਕੋਈ ਸਾਰੇ ਸੰਦ ਚੱਕ ਕੇ ਧੋਣ ਲੱਗ ਜਾਵੇ, 16 ਫੁੱਟ ਦੀ ਟਰਾਲੀ ਚਾੜ ਕੇ ਉਹ ਚੱਕ ਕੇ ਹੀ ਧੋਇਆ ਕਰਨੀ ਆ। ਅਤੇ ਬਾਕੀ ਓਕੇ ਐਨ ਪੋਟਾਂ ਹੁਣ ਸਾਬਣ ਸੁਬਣ ਮਾਰ ਕੇ ਪੂਰਾ ਐਨ ਡੀਜ਼ਲ ਡੂਜ਼ਲ ਮਾਰ ਕੇ ਸਿਰਾ ਧਵਾਉਣਾ ਆਪਾਂ, ਦੇਖਦੇ ਜਾ ਕੇ। ਲਓ ਜੀ ਕਹਿੰਦੇ ਸਾਬਣ ਮਲਤਾ ਹੈ, ਝੱਡੋ ਝੱਡੋ ਹੋ ਗਿਆ ਕਿ ਨਹੀਂ ਕੰਮ, ਇੰਜਣ ਫੁੱਲ ਜਾਣ, ਜੋੜਾਂ ਛੋੜਾਂ 'ਤੇ ਮਲਣਾ ਕਿਉਂ ਡਰਾਈਵਰ ਵਧੀਆ ਕਰੋ। ਲਓ ਜੀ ਮੇਰੇ ਵੀਰੋ ਕੱਢ ਲਿਆ ਆਪਾਂ ਬਾਹਰ ਧੋ ਕੇ, ਹੁਣ ਤਾਂ ਬਸ ਇਹਦਾ ਸਾਫ਼ ਹੋ ਰਿਹਾ ਗਿਆ ਕੱਪੜਾ ਮਾਰਨਾ, ਅਤੇ ਪਾਲਿਸ਼ ਤਾਂ ਰਹਿਣ ਦਿੰਦੇ ਹਾਂ, ਫਿਰ ਟਾਇਰਾਂ 'ਤੇ ਮਿੱਟੀ ਵੱਧ ਚਿੰਬੜਦੀ ਆ, ਜਦੋਂ ਕਿਤੇ ਜਾਣਾ ਜੂਣਾ ਹੁੰਦਾ ਉਦੋਂ ਲੋੜ ਪੈਂਦੀ ਆ ਪਾਲਿਸ਼ ਦੀ। ਅਤੇ ਡੀਜ਼ਲ ਜ਼ਰੂਰ ਮਰਾ ਲੈਂਦੇ ਇੰਜਣ 'ਤੇ, ਇਕੱਲੇ ਇੰਜਣ ਇੰਜਣ 'ਤੇ, ਹੋਰ ਕਿਤੇ ਨਹੀਂ। ਐਨ ਔਖੇ ਆ ਕਹਿੰਦੇ, ਆਹ ਹੁਣ ਬਾਹਰ ਗੱਡੀ ਦਾ ਹੋ ਜਾਵੇ ਬ੍ਰੀਜਾ ਤਾਂ ਫਿਰ ਆਪਣੀ ਵਾਰੀ ਆ। ਅਤੇ ਉੱਧਰ ਉਹ ਬਾਈ ਨੂੰ ਕਾਲੀ ਸੀਗੀ, ਹੋਲੈਂਡ ਆ ਗਿਆ ਉੱਧਰ, ਉਹ ਕਹਿੰਦਾ ਥੋੜ੍ਹਾ ਛੇਤੀ ਕਰ ਦਿਓ। ਉਹ ਕਹਿੰਦਾ ਡੀਜ਼ਲ ਵੱਜਣ ਲੱਗ ਗਿਆ ਇੱਧਰ, ਦੇਖੋ ਇੰਜਣ ਇੰਜਣ 'ਤੇ ਮਰਾਉਣਾ ਇਕੱਲੇ, ਡੀਜ਼ਲ ਡੀਜ਼ਲ ਸ਼ੋਅ 'ਤੇ ਨਹੀਂ ਮਰਾਉਣਾ ਯਾਰ, ਸ਼ੋਅ 'ਤੇ ਮਿੱਟੀ ਪੈ ਜਾਂਦੀ ਆ ਬਾਅਦ 'ਚ। ਬਾਕੀ ਇੱਧਰ ਉੱਬੀ ਪਹੁੰਚ ਚੁੱਕਿਆ, ਉੱਬੀ ਬੰਦ ਕਰ ਬੰਦ ਕਰ, ਕਿਵੇਂ ਆ ਵਿਆਹ ਵਿਊ ਕਰਾ ਦੋ ਨਾ ਫਿਰ, ਜਬਰਦੰਗ ਵੀ ਚਮਕਾ ਪਿਆ ਇੱਧਰੋਂ ਰੋਡੀਆ। ਲਓ ਜੀ ਕਹਿੰਦੇ ਘਰੇ ਪਹੁੰਚ ਗਏ, ਅਤੇ ਉੱਧਰ ਕਹਿੰਦੇ ਡਿਊਸ ਚਮਕਾਇਆ ਖੜਾ, ਉਹਨੂੰ ਚੱਲ ਕੇ ਦਿਖਾਉਂਦੇ ਆ, ਪਹਿਲਾਂ ਇਹਨੂੰ ਅੰਦਰ ਲਾ ਦਈਏ। ਉਹ ਪਤਾ ਨਹੀਂ ਕਿਹਨੇ ਧੋਤਾ, ਬੜਾ ਚਮਕਦਾ ਹੈ ਨਾ, ਰੂਟਾਵੇਟਰ ਉਵੇਂ ਹੀ ਪਿਆ, ਕੱਦੂ ਕਿਤੇ ਨਮੇੜ ਤਾਂ ਨਹੀਂ ਦਿੱਤਾ ਚੋਬਰਾਂ ਨੇ, ਬਾਕੀ ਅੱਜ ਮਾਰਦਾ ਲਿਸ਼ਕਾਂ ਬਹੁਤ ਟਾਈਮ ਬਾਅਦ। ਫਾਈਨਲੀ ਫਾਈਨਲੀ ਕਹਿੰਦੇ ਸਿਰਾ ਕਰਾ ਛੱਡਿਆ, ਸ਼ੋਅ 'ਤੇ ਆਹੋ ਕੱਪੜਾ ਮਾਰ ਦਈਏ, ਆਹ ਦੇਖੋ ਆਪਾਂ ਉੱਧਰੋਂ ਲਿਆਉਂਦੇ ਹਾਂ ਖੜਿਆ, ਪਹਿਲਾਂ ਇਹਨੂੰ ਸ਼ਾਂਤ ਕਰ ਦਈਏ, ਲਾਈਟਾਂ ਲੁੱਟਾਂ ਬੰਦ। ਚਲੋ ਫਿਰ ਹੁਣ ਮਾਰ ਦਿਆਂ ਕੱਪੜਾ ਕੁੱਪੜਾ, ਸਿਆਲ ਬਈ ਪੁੱਤਰਾ ਹੁਣ ਕਰ ਤੂੰ ਆਰਾਮ, ਲਿਆਈਏ ਕੱਪੜਾ ਫਿਰ, ਨਾਲੇ ਡਿਊ ਦਿਖਾਉਣੇ, ਉਹ ਪਤਾ ਨਹੀਂ ਕਿਹਨੇ ਚਮਕਾਤਾ, ਸਮੁੰਦਰ ਦਾ ਕੰਮ ਲਾਤਾ ਮੈਨੂੰ ਉਹੀ ਕਰਦਾ ਕੋਈ। ਬਾਕੀ ਇੱਧਰ ਦੇਖੋ ਹੁਣ ਸਵੇਰੇ ਕੀ ਹਾਲ ਸੀਗਾ ਜੋ ਪਹਿਲਾਂ ਦੇਖਿਆ ਹੋਣਾ, ਹੁਣ ਦੇਖੋ ਜਬਰ ਜੰਗ ਹੁਣੇ ਵੀ ਜਗਮਗ ਜਗਮਗ ਕਰਦੇ ਆ। ਉੱਬੀ ਹੁਣ ਕਿੱਧਰ ਗਏ, ਬਾਹਲੇ ਵਿਹਲੇ ਆ ਨਾ ਯਾਰ ਬੰਦੇ, ਉਹਨਾਂ ਜਿੰਨੇ ਵਿਹਲੇ ਨਹੀਂ ਦੇਖੇ, ਉਹ ਪਤਾ ਹੀ ਸੀ ਇਹੀ ਬੰਦਾ ਕੰਮ ਵਾਲਾ, ਬਾਕੀ ਤਾਂ ਸਾਰੇ ਗੱਲਾਂ ਵਾਲੀ ਆ। ਦੇਖੋ ਕਹਿੰਦੇ ਸਿਰਾ ਕਰਾਤਾ ਸਵੇਰੇ ਤੁਸੀਂ ਦੇਖਿਆ ਹੋਣਾ, ਅਤੇ ਆਹ ਕਿਹਦੀਆਂ ਰੋਟੀਆਂ ਖਾਈ ਜਾਂਦੀ ਆ, ਉਹ ਇਹਦੇ ਬੰਦਿਆਂ ਦੀਆਂ ਰੋਟੀਆਂ ਖਾਈ ਜਾਂਦੀ ਆ, ਉੜਿਆ ਕੌਣ ਜੀ ਜੀ, ਨਹੀਂ ਦੂਜੀਆਂ ਹੀ ਨੇ ਆਕੜੀਆਂ ਹੋਈਆਂ, ਚੱਲ ਖਾ ਲੈਣ ਦੇ ਕਹਿੰਦਾ, ਮੋਟੋ ਹੁਣੀ ਠੰਡੇ 'ਚ ਬੈਠੇ ਆ। ਦੇਖੋ ਕਹਿੰਦੇ ਐਂ ਐਂ ਤਾਂ ਕੰਮ ਬਹੁਤ ਤੇਜ਼ੀ ਨਾਲ ਕਰਦਾ ਮੁੰਡਾ, ਦੇਖੋ ਲੈ ਵਧੀਆ ਕਰਤਾ ਹੈ ਸਮੁੰਦਰ, ਹੋਰ ਤਾਂ ਕਿਸੇ ਨੇ ਕਰਨਾ ਨਹੀਂ ਸੀਗਾ, ਅਤੇ ਮੇਨ ਤਾਂ ਹਿੱਸੇ ਦਾ ਹੁੰਦਾ, ਆਪਾਂ ਗਰੀਸ ਵੀ ਕਰਨਾ ਇਹ ਹਿੱਸਾ। ਦੇਖੋ ਜਾਮ ਕਰਾ, ਆਪਾਂ ਡਿਊਜ਼ ਵਾਲਿਆਂ ਨੇ ਕਿਹਾ ਸੀਗਾ ਇਹ ਗਰੀਸ ਨਾ ਡੇਲੀ ਕਰਿਆ ਕਰੋ ਜਦੋਂ ਕੱਦੂ 'ਚ ਵਾੜ ਦਿਓ, ਇਹਨੇ ਫੇਰ ਲਿਬੜ ਜਾਣਾ, ਦੇਖ ਦਿਓ ਵਾਲ ਦੇਖ ਕਿਵੇਂ ਹੋਏ ਆ, ਏਅਰ ਕੰਡੀ ਕੰਡੀਸ਼ਨਰ ਨਹੀਂ ਕੀਤੇ ਇਹਦੇ ਵਾਲ। ਬਾਕੀ ਚਲੋ ਫਿਰ ਹੁਣ ਮਿਲਦੇ ਹਾਂ ਤੁਹਾਨੂੰ, ਇਹਨੂੰ ਵੀ ਅੰਦਰ ਲਾ ਦਈਏ, ਲਾ ਦਾਂ ਉੱਥੇ ਲਾ ਦੇ ਅੰਦਰ ਸਮੁੰਦਰ, ਲਾ ਦੇ ਦੱਬਦਾ ਕਿਉਂ ਆ, ਨਾਲੇ ਤੇਰੀ ਡਰਾਈਵਰੀ ਦੇਖਦੇ ਹਾਂ, ਐਂ ਤਾਂ ਚਲਾਉਂਦਾ ਰਿਹਾ ਟਰੈਕਟਰ,
ਹਨਾ ਆਉਂਦਾ ਐਂ ਤਾਂ। ਫਿਰ ਹੁਣ ਆਪਾਂ ਇੱਧਰ ਆਏ ਹਾਂ ਆਪਣੀ ਇੱਥੇ ਪਨੀਰੀ ਭਰਨ ਨੂੰ ਨਾ ਟਰਾਲੀ ਖੜਾ ਕੇ ਗਿਆ ਸੀ ਉਹ ਵੀ ਉਦੋਂ ਸਵੇਰੇ, ਅਤੇ ਪਨੀਰੀ ਭਰੀ ਗਈ ਹੋਣੀ ਆ, ਹੁਣ ਜਾ ਕੇ ਚੱਕਣੀ ਆ, ਕਾਫੀ ਟਾਈਮ ਹੋ ਗਿਆ ਉੱਥੇ ਗਿੱਲਾ ਹੋਊਗਾ, ਗਿੱਲੇ 'ਚੋਂ ਕੱਢਣੀ ਆ, ਚੱਲ ਕੇ ਦਿਖਾਉਂਦੇ ਹਾਂ ਤੁਹਾਨੂੰ ਜਿਵੇਂ ਵੀ ਹੋਊ। ਅਤੇ ਗੱਡੀ ਇਹ ਮੋੜ ਕੇ ਲੈ ਜਾਣਗੇ ਡਰਾਈਵਰ ਹੁਣੀ, ਆਪਾਂ ਟਰੈਕਟਰ ਲਿਆਉਂਦੇ ਹਾਂ। ਲਓ ਜੀ ਮੇਰੇ ਵੀਰੇ, ਅਤੇ ਉੱਧਰ ਖੜੀ ਆ ਟਰਾਲੀ, ਉਹ ਦੇਖੋ ਤੁਹਾਨੂੰ ਦੀਂਦੀ ਹੋਊ ਉਹ 'ਤੇ ਛੱਤਰੀ, ਬਾਕੀ ਗੱਡੀ ਆਪਾਂ ਆਹ ਖੜਾ ਤੀ, ਇੱਥੋਂ ਕੱਢਣੀ ਆ ਗਿੱਲਾ, ਚੈੱਕ ਕਰੋ ਕਿੰਨਾ। ਇਹ ਉਬੀ ਨੇ ਬਾੜੀ ਕਿਵੇਂ ਸੀ ਪਰ ਹੁਣ ਭਰੀ ਹੋਈ ਆ, ਉਦੋਂ ਖਾਲੀ ਸੀ। ਆਹ ਤਾਂ ਇੱਥੋਂ ਕਿਤੇ ਸੁੱਕਾ ਹੀ ਆ, ਬਾਕੀ ਦੇਖਦੇ ਹਾਂ ਝੋਟਾ ਲਿਆਊ ਖਿੱਚ ਕੇ ਕਿ ਨਹੀਂ। ਕਿਉਂ ਡਰਾਈਵਰ, ਤੂੰ ਉਹਦੇ ਵਲੌਗ ਬਣਾ ਖੜ ਕੇ, ਮੈਂ ਲਿਆਉਣਾ ਉੱਧਰੋਂ। ਲੋ ਵੀ ਕਹਿੰਦੇ ਉੱਧਰ ਚਲੇ ਗਿਆ ਅਕਸ਼, ਉਹ ਦੇਖੋ ਸਾਨੂੰ ਨਹੀਂ ਪਤਾ, ਚੱਲੇ ਹੀ ਆਉਣਾ ਹੁਣ। ਜੋਰ ਲਾਉਣਾ ਪੂਰਾ ਮੈਸੀ, ਅੱਗੇ ਪਿੱਛੇ ਕਰਕੇ ਕੱਢਦਾ, ਫਸੀ ਹੀ ਆਉਣਾ ਟਰਾਲੀ। ਆਹੋ ਨੇੜੇ ਆਉਣਾ, ਨੇੜੇ ਚੱਲ ਕੇ ਦਿਖਾਉਣਾ ਤੁਹਾਨੂੰ ਫਸ ਕੀ ਮਿਲਦਾ। ਲੋ ਵੀ ਕਹਿੰਦੇ ਮੈਸੀ ਦੀਆਂ ਲਾਈਟਾਂ ਨਹੀਂ ਜਾਗਦੀਆਂ, ਉਹ ਕੀ ਕੀਤਾ ਓਏ ਹੈਂ। ਆਹੋ ਪੂਰਾ ਝੋਟਾ ਝੋਟਾ ਹੈ ਤਾਂ, ਉਹ ਵੀ ਲੱਗੀ ਹੋਈ ਆ ਟਰਾਲੀ ਪੂਰੀ, ਪੂਰਾ ਕਹਿੰਦੇ ਉੱਠਦੇ ਹੀ ਜਾਂਦਾ ਮੈਸੀ ਦੀ। ਹਾਂ 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 ਡਰਾਈਵਰ ਉੱਭੀ ਖੜਾ ਕੇ ਗਿਆ ਸੀ ਗਾਰੇ ਦੀ ਜਮਾ ਹੀ ਯਾਰ, ਤੁਹਾਨੂੰ ਪਤਾ ਹੀ ਆ ਹੁਣ ਫਿਰ। ਹਾਂ ਆ ਜਾ ਉੱਥੇ ਜਾ ਕੇ ਦਿਖਾਉਂਦੇ ਹਾਂ ਤੁਹਾਨੂੰ, ਕਹਿੰਦੇ ਉਹ ਆ ਗਿਆ ਮੈਸੀ, ਪੂਰਾ ਉੱਠਦਾ ਹੀ ਆਉਂਦਾ ਵਾ। ਆਉਣ ਦੇ ਆਉਣ ਦੇ ਇੱਧਰ ਆਇਆ ਓਏ, ਲਓ ਜੀ ਕਹਿੰਦੇ ਹੈਵੀ ਡਰਾਈਵਰ ਨੂੰ ਫੜਾ ਤੀ, ਮੈਂ ਕਿਹਾ ਲਿਆ ਇਹ ਆਪਾਂ ਟਰਾਲੀ ਇੱਥੋਂ ਗੱਡੀ ਬੈਕ ਲੈ ਕੇ ਜਾਂਦੇ ਹਾਂ, ਉਹ ਟਰਾਲੀ ਸਿੱਧੀ ਲਿਆਉਂਦਾ, ਐਂ ਤਾਂ ਫਿਰ ਡਰਾਈਵਰ ਆ, ਫਿਰ ਡਰਾਈਵਰੀ ਪਰਖੀ ਵੀ ਜਾਊ। ਲਾਈਟਾਂ ਨੂੰ ਪਤਾ ਨਹੀਂ ਕੀ ਹੋ ਗਿਆ, ਫਿਊਜ ਫਿਆਜ ਉੱਡ ਗਿਆ। ਚਲੋ ਫਿਰ ਇੱਥੋਂ ਪਹੀ ਤੋਂ ਬੈਕ ਕਰਕੇ ਫਿਰ ਮਿਲਦੇ ਹਾਂ ਤੁਹਾਨੂੰ, ਅਤੇ ਘਰੇ ਚੱਲਦੇ ਹਾਂ। ਟਰੈਕਟਰ ਦਾ ਜ਼ੋਰ ਬਹੁਤ ਲੱਗਿਆ, ਗਿੱਲਾ ਸੀਗਾ ਉੱਥੋਂ ਤਾਂ ਕਰਕੇ, ਪਰ ਕੱਢ ਲਿਆ ਐਂ, ਜਾਣ ਤਾਂ ਬਹੁਤ ਆ ਮੈਸੀ 'ਚ, ਅਤੇ ਮੱਛਰੀ ਦੇਖੋ ਕਿੰਨੀ ਆ ਮੂਹਰੇ। ਅਤੇ ਚਲੋ ਫਿਰ ਗੱਡੀ ਬੈਕ ਕਰਕੇ ਮਿਲਦੇ ਹਾਂ ਤੁਹਾਨੂੰ, ਅਤੇ ਚੱਲਦੇ ਹਾਂ ਘਰੇ ਪਹੁੰਚ ਕੇ ਮਿਲਦੇ ਹਾਂ ਹੁਣ ਸਭ ਨੂੰ। ਲਓ ਜੀ ਡਰਾਈਵਰ ਹੌਲੀ ਹੌਲੀ ਆਉਣ ਦੇ, ਚਾੜ ਕੇ ਆਉਣ ਦੇ, ਚਾੜ ਕੇ ਆਉਣ ਦੇ, ਆਉਣ ਦੇ, ਵਾਹ ਹੌਲੀ ਉਹ ਹੌਲੀ ਉਹ ਰੋਕ ਲਾ, ਦੇਖੋ ਕਿੱਧਰ ਨੂੰ ਜਾਂਦਾ, ਹੈਵੀ ਡਰਾਈਵਰ ਹੀ ਆ ਉਹ, ਜਮਾਂ ਹੀ ਗੱਡੀ ਦੇ ਮਗਰ ਮਗਰ ਆ ਜਾ, ਗੱਡੀ ਦੇ ਮਗਰ ਮਗਰ ਆ ਜਾ, ਮੈਂ ਲਿਆਵਾਂ ਉਹੀ ਨਾ ਪਤੰਦਰਾ ਝੋਨੇ ਚਲਾ ਦੀ, ਨਿਕਲਦੀ ਵੀ ਹੈ ਨਹੀਂ ਮੂਹਰੇ ਮੂਹਰੇ ਪਨੀਰ ਵਜਨ ਵਾ, ਆ ਜਾ ਸਾਡੇ ਜਮਾਂ ਹੀ ਮਗਰ ਮਗਰ ਆ ਜਾ। ਮੁੰਡਾ ਘਬਰਾ ਗਿਆ ਕਹਿੰਦੇ ਦੀਂਦਾ ਨਹੀਂ ਕੁਛ, ਜਮਾਂ ਹੌਲੀ ਹੌਲੀ ਚੱਲਦੇ ਇਹਨੂੰ ਨਾਲ ਨਾਲ, ਲਾਈਟਾਂ ਨੂੰ ਪਤਾ ਨਹੀਂ ਫਿਊਜ ਉੱਡ ਗਿਆ ਜਾਂ ਤਾਂ ਕੀ ਹੋ ਗਿਆ ਹੈ। ਆਹੋ ਉਹ ਮੰਨਦਾ ਨਹੀਂ, ਕਹਿੰਦਾ ਮੈਂ ਹੀ ਲਿਆਊਂਗਾ, ਮੈਂ ਕਿਹਾ ਚਲਾ ਲਓ ਤੁਸੀਂ। ਲਓ ਜੀ ਡਰਾਈਵਰ ਟਰਾਲੀ ਘਰੇ ਲਾਏ ਲੈ ਆਇਆ, ਉਹ ਅੰਦਰ ਖੜਾਉਣ ਚਲੇ ਗਏ, ਉਹ ਜਾਂਦੇ ਆ ਬਾਕੀ ਦੇਖਿਆ ਫਿਰ ਮੈਸੀ ਦਾ ਜ਼ੋਰ ਝੋਟੇ ਦਾ, ਲਾਈਟਾਂ ਨੂੰ ਪਤਾ ਨਹੀਂ ਕੀ ਹੋ ਗਿਆ, ਉਹ ਵੀ ਆਪਾਂ ਦਿਖਾ ਲੈਂਦੇ ਹਾਂ।
ਤੇ ਅੰਦਰ ਖੜਾ ਜਾਂਦਾ। ਬਾਕੀ ਚਲੋ ਜੀ ਆਪਾਂ ਅੱਜ ਦਾ ਵਲੌਗ ਉਰੀ ਐਂਡ ਕਰਦੇ ਹਾਂ ਅਤੇ ਕੱਲ੍ਹ ਨੂੰ ਆਪਾਂ ਦੇਖਦੇ ਹਾਂ ਰੈੱਡ ਹੋਰਸ ਦੇ ਦੋ ਚਾਰ ਕੰਮ ਜੇ ਕਰਾਉਣੇ ਆ ਉਹ ਕਰਾਉਣੇ ਆ ਨਾਲੇ ਉਹਦੇ ਨਾਲ ਤੁਹਾਨੂੰ ਮਿਲਾਉਂਦੇ ਹਾਂ। ਅੱਜ ਦਾ ਵਲੌਗ ਆਪਾਂ ਉਰੀ ਐਂਡ ਕਰਦੇ ਹਾਂ, ਸਭ ਨੂੰ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ।